ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਤਾਂ ਕੁਸ਼ਚਨ ਸਾਡੇ ਕੋਲ ਹੈਗਾ 3 - 2x + 3 + 2x ਇਨ ਦਾ ਐਕਸਪੈਂਡ ਫਾਰਮ। ਇਹਨਾਂ ਦੇ ਵਿੱਚੋਂ ਕਿਹੜੀ ਇਸਦੀ ਐਕਸਪੈਂਡ ਫਾਰਮ ਹੈ, ਅਸੀਂ ਇਹ ਚੀਜ਼ ਦੱਸਣੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਸਟੇਟਮੈਂਟ ਨੋਟ ਕਰਦੇ ਹਾਂ। ਇਹ ਸਾਡੇ ਕੋਲ ਹੈਗਾ 3 - 2x ਇੰਟੂ 3 + 2x। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਬਿਲਕੁਲ ਸਾਡੇ ਕੋਲ ਏ ਪਲੱਸ ਬੀ ਅਤੇ ਏ ਮਾਈਨਸ ਬੀ ਦੀ ਫਾਰਮ ਦੇ ਵਿੱਚ ਹੈ। ਮੈਂ ਇਹਨੂੰ ਇਹਦੇ ਉੱਪਰ ਹੀ ਲਿਖਦਾ ਤਾਂ ਕਿ ਜਾਂ ਨੀਚੇ ਲਿਖ ਦਿੰਦਾ, ਬਿਲਕੁਲ ਈਜ਼ੀ ਸਮਝ ਆ ਜੂਗਾ ਸਾਡੇ ਕੋਲ ਕਲਰ ਚੇਂਜ ਕਰਕੇ। ਇਹ ਸਾਡੇ ਕੋਲ ਏ ਮਾਈਨਸ ਬੀ ਅਤੇ ਏ ਪਲੱਸ ਬੀ ਦੀ ਫਾਰਮ ਦੇ ਵਿੱਚ ਹੈ, ਜਿੱਥੇ ਏ ਦੀ ਵੈਲਿਊ ਮੇਰੇ ਕੋਲ 3 ਹੈ ਅਤੇ ਬੀ ਦੀ ਵੈਲਿਊ ਮੇਰੇ ਕੋਲ ਕਿੰਨੀ ਹੈ, 2x ਹੈ। ਠੀਕ ਹੈ, ਅਤੇ ਇਸ ਚੀਜ਼ ਦਾ ਫਾਰਮੂਲਾ ਸਾਡੇ ਕੋਲ ਹੁੰਦਾ ਏ ਸਕੁਆਇਰ ਮਾਈਨਸ ਬੀ ਸਕੁਆਇਰ। ਤਾਂ ਫਿਲਹਾਲ ਸੇਮ ਹੀ ਅਸੀਂ ਏ ਸਕੁਆਇਰ ਦੀ ਜਗ੍ਹਾ 'ਤੇ ਏ ਦੀ ਵੈਲਿਊ ਅਤੇ ਬੀ ਸਕੁਆਇਰ ਦੀ ਜਗ੍ਹਾ 'ਤੇ ਬੀ ਦੀ ਵੈਲਿਊ ਅਸੀਂ ਪੁੱਟ ਕਰ ਦਾਂਗੇ। ਤਾਂ ਇਹ ਸਾਡੇ ਕੋਲ ਸੋਲਵ ਕਰਕੇ ਆ ਗਿਆ 9 - 4x ਸਕੁਆਇਰ ਆਨਸਰ। ਤਾਂ ਤੁਸੀਂ ਦੇਖ ਸਕਦੇ ਹੋ ਸਾਡੀ ਸੈਕਿੰਡ ਆਪਸ਼ਨ ਕਰੈਕਟ। ਥੈਂਕ ਯੂ।